ਮਿੱਤਰੋ ਪਿਆਰਿਓ, ਸਤਿ ਸ਼੍ਰੀ ਅਕਾਲ, ਨਮਸਕਾਰ। ਜਿਹੜੀ ਖਬਰ, ਐਕਚੁਅਲੀ ਮੈਂ ਖਬਰ ਨਹੀਂ ਕਹਾਂਗਾ ਇਹਨੂੰ, ਖਬਰ ਕਰਨੀ ਹੋਵੇ ਤਾਂ ਮੈਂ ਖਬਰਾਂ ਵਾਂਗੂ ਫਟਾਫਟ ਪੜ੍ਹ ਕੇ ਅਤੇ ਕੰਮ ਨਿਬੇੜਾਂ, ਪਰ ਮੇਰੇ ਆਪਣੇ ਵਿਊ ਹੁੰਦੇ ਨੇ ਹਰ ਗੱਲ ਦੇ ਨਾਲ, ਆਪਣੇ ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਜੋ ਮੈਨੂੰ ਮਹਿਸੂਸ ਹੁੰਦਾ ਮੈਂ ਸ਼ਰੇਆਮ ਗੱਲ ਕਰਦਾ ਹੁੰਦਾ। ਔਰ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ, ਸਾਈਡ 'ਤੇ ਤੁਸੀਂ ਦੇਖ ਰਹੇ ਹੋ ਮੂਲ ਕੋਈ ਬੀਬੀ ਦੀ ਫੋਟੋ ਦੇਖ ਰਹੇ ਹੋ, ਇਹ ਵੀਡੀਓ ਐਕਚੁਅਲੀ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ। ਬਹੁਤ ਹੀ ਛੋਟੇ ਜਿਹੇ ਬੱਚੇ, 10 ਸਾਲ ਦਾ ਬੱਚੇ ਦੀ ਫੋਟੋ ਲੱਗੀ ਹੋਈ ਆ। ਹੋਇਆ ਕੀ ਆ, ਕੁਛ ਇੱਕ ਲੋਕਾਂ ਨੇ ਖਬਰ ਦੇਖ ਲਈ ਹੋਈ, ਕੁਛ ਇੱਕ ਲੋਕ ਹੁਣ ਦੇਖਣਗੇ। ਅਸੀਂ ਸੁਣਦੇ ਹੁੰਦੇ ਸਾਂ ਕਿ ਪੁੱਤ ਕਪੁੱਤ ਹੋ ਸਕਦੇ ਨੇ, ਮਾਪੇ ਕਮਾਪੇ ਨਹੀਂ ਹੋ ਸਕਦੇ, ਅਤੇ ਹੁਣ ਇਹ ਸਾਰਾ ਕੁਛ ਹੋਣ ਲੱਗ ਗਿਆ। ਇਹ ਇਕੱਲੀ ਇਸ ਜਨਾਨੀ ਦੀ ਸਟੋਰੀ ਨਹੀਂ, ਤੁਸੀਂ ਬਹੁਤ ਸਾਰੀਆਂ ਖਬਰਾਂ ਦੇਖਦੇ ਹੋਵੋਗੇ। ਕਿਸੇ ਨੇ ਆਪਣੇ ਆਸ਼ਕ ਮਗਰ ਲੱਗ ਕੇ ਘਰ ਵਾਲਾ ਮਾਰਤਾ, ਕੋਈ ਜਨਾਨੀ ਆਪਣੇ 3 ਬੱਚੇ ਛੱਡ ਕੇ ਚਲੇ ਗਈ, ਕੋਈ 5 ਬੱਚੇ ਛੱਡ ਕੇ ਚਲੇ ਗਈ, ਕਿਸੇ ਨੇ ਆਪਣਾ ਬੱਚਾ ਮਾਰਤਾ, ਆਪਣੇ ਆਪਣੇ ਜਿਹੜਾ ਬੁਆਏਫ੍ਰੈਂਡ ਉਹਨੂੰ ਕਹਿੰਦੇ ਅੱਜ ਕੱਲ੍ਹ ਇੰਗਲਿਸ਼ ਦੇ ਵਿੱਚ, ਜਿਹਨੂੰ ਯਾਰ ਪੰਜਾਬੀ ਵਿੱਚ ਕਹਿੰਦੇ ਨੇ, ਆਪਣੇ ਯਾਰ ਨਾਲ ਮਿਲ ਕੇ ਬੱਚਾ ਮਾਰ ਕੇ ਦੱਬਤਾ, ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ। ਸੋ ਅੱਜ ਕੱਲ੍ਹ, ਜੇ ਮੈਂ ਹਫ਼ਤਾ ਪਹਿਲਾਂ ਗੱਲ ਕਰ ਰਿਹਾ ਸੀ ਮਾਵਾਂ ਬਾਰੇ, ਬਹੁਤ ਸੋਹਣੀਆਂ ਗੱਲਾਂ ਮੋਦਨ ਕੀਤੀਆਂ ਸੀ ਕਿ ਮਾਵਾਂ ਦੀ ਅਟੈਚਮੈਂਟ ਕੀ ਹੁੰਦੀ, ਲਾੜੂ ਦੀ ਅਟੈਚਮੈਂਟ ਹੁੰਦੀ ਆ, ਇਸ ਕਰਕੇ ਮਾਂ ਨੂੰ ਬੱਚੇ ਨੂੰ ਸੂਲ ਵੀ ਲੱਗੇ ਅਤੇ ਮਾਂ ਨੂੰ ਇੱਦਾਂ ਲੱਗਦਾ ਕਿ ਮੈਨੂੰ ਲੱਗੀ ਆ। ਪਰ ਇਹ ਸਾਰਾ ਕੁਛ ਗਲਤ ਹੋ ਰਿਹਾ, ਹੁਣ ਸਾਰੇ ਕੁਛ ਝੂਠਿਆ ਹੋ ਰਿਹਾ। ਜੇ ਮੈਂ ਕਹਾਂ ਕਿ ਕਲਯੁੱਗ ਆ ਗਿਆ, ਇਹ ਵੀ ਕੋਈ ਵੱਡੀ ਗੱਲ ਨਹੀਂ, ਕਿਉਂਕਿ ਰੋਜ਼ ਦਿਹਾੜੀ ਵਿੱਚ 10 ਵਾਰੀ ਕਲਯੁੱਗ ਆਉਂਦਾ ਇਹੋ ਜਿਹੀਆਂ ਖਬਰਾਂ ਦਾ। ਕੀ ਕਰੇਗਾ ਬੰਦਾ, ਕਿੱਥੇ ਜਾਵਾਂਗੇ ਅਸੀਂ, ਕਿੱਥੇ ਰਿਸ਼ਤੇ ਲੱਭਾਂਗੇ ਅਸੀਂ, ਕਿਹੋ ਜਿਹੇ ਰਿਸ਼ਤੇ ਹੁੰਦੇ ਸਨ। ਮੈਂ 50 ਸਾਲ ਦਾ ਹੋ ਚੱਲਾਂ, ਚਲੋ ਮੈਂ ਮੰਨਦਾ ਪਹਿਲੇ 10 ਸਾਲ ਦਾ ਮੈਨੂੰ ਕੁਛ ਨਹੀਂ ਯਾਦ ਹੋਇਆ, ਹਾਲਾਂਕਿ ਮੈਨੂੰ ਬਹੁਤ ਕੁਛ ਯਾਦ ਆ। ਮੇਰਿਆਂ ਤੁਸੀਂ ਦੇਖਦੇ ਹੋ ਕਿ ਮੈਂ ਬਹੁਤ ਪੁਰਾਣੀਆਂ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸਾਂਝੇ ਕਰਦਾ ਰਹਿੰਦਾ ਫੋਟੋਆਂ ਦੇ ਜ਼ਰੀਏ, ਪਰ ਮੈਨੂੰ 10 ਸਾਲ ਤੋਂ ਪਹਿਲਾਂ ਦਾ ਵੀ ਯਾਦ ਆ। ਪਰ ਚਲੋ 40 ਸਾਲ ਤੋਂ ਬਾਅਦ 4 ਦਹਾਕੇ ਤਾਂ ਮੈਨੂੰ ਸਾਰਾ ਕੁਛ ਯਾਦ ਆ ਨਾ, ਕਿਹੋ ਕਿਹੋ ਜਿਹੇ ਰਿਸ਼ਤੇ ਅਸੀਂ ਦੇਖੇ ਹੋਏ ਨੇ ਅਤੇ ਹੰਢਾਏ ਹੋਏ ਨੇ। ਕੋਈ ਪਿੰਡ ਦੇ ਵਿੱਚ ਆਉਂਦਾ ਸੀ ਨਾ, ਕਿਸੇ ਦੇ ਘਰ ਜਾਣਾ ਹੁੰਦਾ ਸੀਗਾ, ਮੈਂ ਦੱਸਣ ਲੱਗਾ ਕਿ ਰਿਸ਼ਤੇ ਉਦੋਂ, ਰਿਸਪੈਕਟ, ਇਨਸਾਨੀਅਤ ਕੀ ਹੁੰਦੀ ਸੀ। ਕਿਸੇ ਨੇ ਪਿੰਡ ਦੇ ਵਿੱਚ ਜਾਣਾ ਨਾ, ਕਿਸੇ ਦਾ ਘਰ ਪੁੱਛਣਾ, ਉਦੋਂ ਉਹਨਾਂ ਜ਼ਮਾਨਿਆਂ ਵਿੱਚ ਲੋਕ ਡਰੇਕਾਂ ਥੱਲੇ ਬੈਠੇ ਹੁੰਦੇ ਸਨ, ਬਜ਼ੁਰਗਾਂ ਨੇ ਝੱਗੀ ਜੀ ਪਾਈ ਹੋਣੀ, ਚਾਦਰਾ ਬੰਨ੍ਹ ਕੇ ਬੈਠੇ ਹੋਣਾ, ਅਤੇ ਉਹਨਾਂ ਜ਼ਮਾਨਿਆਂ ਵਿੱਚ ਮੈਂ ਦੇਖਿਆ ਸਾਡੇ ਘਰ ਦੇ ਵੀ, ਅਸੀਂ ਖੁਦ ਵੀ ਗੁੜਤਾ ਪਾਣੀ ਬਾਲਟੀ ਵਿੱਚ ਘੋਲ ਕੇ ਤੋ ਪੀ ਜਾਣਾ ਅਤੇ ਖਾਈ ਜਾਣਾ, ਗੱਲਾਂ ਕਰੀ ਜਾਣੀਆਂ, ਛੱਲੀਆਂ ਭੁੰਨੀ ਜਾਣੀਆਂ, ਗੰਨੇ ਲੈ ਕੇ ਚੁੱਪੀ ਜਾਣੇ, ਇਹ ਸਾਰਾ ਕੁਛ ਉਦੋਂ ਪਿੰਡ ਸਾਡੇ ਦਾ ਕਲਚਰ ਹੁੰਦਾ ਹੈ, ਸਾਡੇ ਸਾਰੇ ਪਿੰਡਾਂ ਦਾ। ਅੱਛਾ, ਗੱਲ ਮੈਂ ਕਹਿਣ ਲੱਗੇ, ਪਿੰਡ ਦੇ ਵਿੱਚ ਕਿਸੇ ਦਾ ਘਰ ਪੁੱਛਣਾ ਨਾ, ਕਿਸੇ ਨੇ ਸਾਈਕਲਾਂ 'ਤੇ ਆਉਂਦੇ ਹੁੰਦੇ ਸਨ ਜੀ, ਫਲਾਨੇ ਦਾ ਘਰ ਕਿੱਥੇ, ਮਹਿੰਦਰ ਸਿੰਘ ਦਾ, ਪੱਪੂ ਦਾ, ਬਿੱਟੂ ਦਾ, ਸੁਰਿੰਦਰ, ਜੋ ਵੀ ਹੈ। ਅੱਛਾ ਦੇਖੋ, ਉਦੋਂ ਕੀ ਹੁੰਦੇ ਸਨ ਰਿਸ਼ਤੇ, ਅਤੇ ਕੀ ਹੁੰਦੀ ਸੀ ਮਹਿਮਾਨ ਨਵਾਜ਼ੀ ਆਪਣੇ ਪਿੰਡ ਵਿੱਚ ਆਏ ਲੋਕਾਂ ਦੀ। ਉਹਨੂੰ ਕਹਿਣਾ ਕੋਈ ਨਹੀਂ ਭਾਈ ਸਾਹਿਬ, ਘਰ ਛੱਡ ਆਉਂਦੇ ਹਾਂ, ਤੁਸੀਂ ਬੈਠੋ, ਉਹਨੂੰ ਚਾਹ ਪਾਣੀ ਪਿਲਾਉਣਾ, ਠੰਡਾ ਪਿਲਾਉਣਾ, ਜੋ ਵੀ, ਈਵਨ ਖਾਂਦੇ ਹੋਣਾ ਕੁਛ ਤਾਂ ਖਾਣਾ ਵੀ ਖਵਾ ਦੇਣਾ। ਕਹਿਣਾ ਤੁਹਾਨੂੰ ਛੱਡ ਆਉਂਦੇ, ਕੋਈ ਨਹੀਂ ਇੱਥੇ ਬੈਠੋ ਥੋੜ੍ਹਾ। ਅੱਛਾ ਜੇ ਬਹੁਤ ਧੁੱਪ ਹੋਣੀ, ਕਹਿਣਾ ਤੁਹਾਨੂੰ ਥੋੜ੍ਹਾ ਜਿਹਾ ਠਹਿਰ ਲਓ, ਇੱਥੇ ਧੁੱਪ 'ਚੋਂ ਆਇਆ, ਤੁਹਾਨੂੰ ਥੋੜ੍ਹਾ ਜਿਹਾ ਲੋਡੇ ਮਿਲ ਗਿਆ, ਛੱਡ ਆਉਂਦੇ। ਇਹ ਗੱਲਾਂ ਹੋਈਆਂ ਨੇ, ਜਿਹੜੇ ਨਵੀਂ ਜਨਰੇਸ਼ਨ ਇਹਨਾਂ ਗੱਲਾਂ ਦਾ ਨਹੀਂ ਪਤਾ ਹੋਏਗਾ, ਪਰ ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਨੂੰ ਪਤਾ ਹੋਏਗਾ ਇਹਨਾਂ ਗੱਲਾਂ ਦਾ। ਅੱਛਾ ਫਿਰ ਭਾਵੇਂ ਉਹ ਪਿੰਡ ਦੇ ਦੂਜੇ ਪਾਸੇ ਘਰ ਹੋਵੇ ਤਾਂ ਆਪ ਨਾਲ ਜਾ ਕੇ ਛੱਡ ਕੇ ਆਉਣਾ, ਅਤੇ ਜਿਹਦੇ ਘਰ ਛੱਡ ਕੇ ਆਉਣਾ ਉੱਥੇ ਦੇਖੋ, ਉਹਨੇ ਅਗਲੇ ਨੇ ਵੀ ਕਹਿਣਾ ਕਿ ਨਹੀਂ ਨਹੀਂ ਤੁਸੀਂ ਆਓ, ਤੁਸੀਂ ਵੀ ਬੈਠੋ ਨਾਲ, ਅਤੇ ਸਾਡੇ ਪ੍ਰਾਹੁਣੇ, ਤੁਸੀਂ ਵੀ ਸਾਡੇ ਮਹਿਮਾਨ ਹੀ ਹੋ, ਤੁਸੀਂ ਬੈਠੋ। ਉਹਦਾ ਵੀ ਬਿਸਤਰਾ ਕਰਕੇ ਨਾਲ ਬਿਠਾਉਣਾ, ਚਾਹ ਪਾਣੀ ਉਹਨੂੰ ਵੀ ਪਿਲਾਉਣਾ, ਫਿਰ ਗੱਲਾਂ ਚੱਲ ਪੈਣੀਆਂ, ਉਹ ਵੀ ਭਾਵੇਂ 3-3 ਘੰਟੇ ਉੱਥੇ ਬੰਦਾ, ਉਹ ਵੀ ਬੈਠ ਕੇ ਆਉਂਦਾ ਹੁੰਦਾ ਸੀਗਾ। ਇੱਦਾਂ ਦੇ ਰਿਸ਼ਤੇ ਹੁੰਦੇ ਸਨ। ਹੁਣ ਤਾਂ ਕਿਸੇ ਨੂੰ ਰਾਹ ਪੁੱਛੋ ਤੁਹਾਡੇ ਵੱਢ ਖਾਣ ਨੂੰ ਪੈਂਦੇ ਲੋਕ, ਬੱਬਲ ਤਾਂ ਸੁਣਦੇ ਨਹੀਂ, ਫੋਨਾਂ 'ਤੇ ਧਿਆਨ ਹੁੰਦਾ, ਸੁਣਦੇ ਨਹੀਂ ਕੌਣ ਕੀ ਕਹਿ ਰਿਹਾ, ਅਤੇ ਜੇ ਕੋਈ ਦੱਸੇ ਵੀ ਤਾਂ ਕਹਿਣਾ ਉਹ ਆ ਚੱਲ ਜਾ ਬਸ, ਇਹ ਸਿਸਟਮ ਹੋ ਗਿਆ। ਪਰ ਇਹ ਤਾਂ ਸਰ ਸਨ ਲੋਕਾਂ ਦੇ ਰਿਸ਼ਤੇ, ਖੂਨ ਦੇ ਰਿਸ਼ਤੇ ਕਿੱਧਰ ਜਾ ਰਹੇ ਨੇ, ਉਹ ਗੱਲ ਤਾਂ ਅੱਜ ਕਰਨੀ ਆ।
ਇਹ ਜਨਾਨੀ ਦਾ 10 ਸਾਲ ਦਾ ਇਹ ਬੱਚਾ ਆ, ਇਹ 10 ਸਾਲ ਦੇ ਬੱਚੇ ਨੂੰ ਇਹਨੇ ਕੀ ਕੀਤਾ, ਬੱਚਾ ਬੜਾ ਜਿਹਾ ਬਿਮਾਰ ਸੀਗਾ ਜਾਂ ਨਹੀਂ ਵੀ ਸੀਗਾ ਪਤਾ ਨਹੀਂ, ਇਹਦੇ ਕਹਿਣ ਮੁਤਾਬਕ ਤੁਹਾਨੂੰ ਵੀਡੀਓ ਦਿਖਾਵਾਂਗਾ, ਸੁਣਿਓ ਤੁਸੀਂ ਗੌਰ ਦੇ ਨਾਲ। ਇਹ ਕਹਿੰਦੀ ਬੇਟਾ ਬੇਟਾ ਬਿਮਾਰ ਹੋ ਗਿਆ ਸੀਗਾ, ਇਹਨੂੰ ਮੈਂ ਪੇਨ ਕਿਲਰ ਗੋਲੀ ਦੇ ਕੇ ਮਾਰਿਆ, ਕਿੱਦਾਂ ਮਤਲਬ ਪੇਨ ਕਿਲਰ ਗੋਲੀ ਦੇ ਕੇ, ਅਤੇ ਘਰੇ ਹੀ ਉਹਨੇ ਕਬਰ ਪੱਟ ਕੇ ਉਹਦੇ ਵਿੱਚ ਨੱਪ ਦਿੱਤਾ, ਅਤੇ ਜਦੋਂ ਮਰ ਗਿਆ ਬਾਹਰ ਕੱਢ ਲਿਆ, ਅਤੇ ਇਹ ਤਲਵੰਡੀ ਤੋਂ ਲੈ ਕੇ ਮਰੇ ਹੋਏ ਬੱਚੇ ਦੀ ਲਾਸ਼ ਚੱਕ ਕੇ ਤਲਵੰਡੀ 'ਚੋਂ ਬੱਸ 'ਚ ਮਾਨਸਾ ਚਲੇ ਗਈ, ਅਤੇ ਮਾਨਸਾ ਕਿਤੇ ਬੱਸ ਸਟੋਪ ਦੇ ਕਿਸੇ ਟੇਬਲ 'ਤੇ ਛੱਡ ਕੇ ਚਲੇ ਗਈ ਆਪਣੇ ਇਸ ਮੁੰਡੇ ਦੀ ਲਾਸ਼। 10 ਸਾਲ ਦਾ ਬੱਚਾ ਔਰ ਹੁਣ ਇਹਨੇ ਪਹਿਲੀ ਜਮਾਤ ਵਿੱਚ ਹੋਣਾ ਸੀਗਾ। ਤੋਬਾ ਮਾਲਕਾ, ਤੋਬਾ ਤੋਬਾ, ਇਹੋ ਜਿਹੇ ਯਾਰ ਹੱਦ ਹੋ ਗਈ। ਇਹੋ ਜਿਹੀ ਪੁੱਛ ਕੇ ਦੇਖੋ, ਜਿਹਨਾਂ ਦੇ ਇਕੱਲੇ ਇਕੱਲੇ ਪੁੱਤ ਮਰ ਗਏ ਜਾਂ ਬੇ ਔਲਾਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹੁੰਦਾ ਦੁੱਖ। ਇਹੋ ਜਿਹੇ ਕਲਯੁਗੀ ਲੋਕਾਂ ਨੂੰ ਯਾਰ ਰੱਬ ਕਿਉਂ ਦੇ ਦਿੰਦਾ? ਮੈਂ ਤਾਂ ਰੱਬ ਨਾਲ ਸ਼ਿਕਵਾ ਕਰਦਾ ਹੁੰਦਾ ਇਹੋ ਜਿਹੀਆਂ ਗੱਲਾਂ ਸੁਣ ਕੇ ਕਿ ਰੱਬਾ, ਅਸੀਂ ਤਾਂ ਸੁਣਦੇ ਸੀਗੇ ਕਿ ਤੂੰ ਲੇਖ ਲਿਖ ਕੇ ਭੇਜਦਾ ਹਰ ਵਕਤ ਦੀਆਂ ਹੱਥਾਂ ਦੀਆਂ ਲਕੀਰਾਂ 'ਤੇ ਕਿ ਤੂੰ ਆਹ ਕਰਨਾ ਜਾ ਕੇ ਤੇਰੀ ਆਹ ਡਿਊਟੀ ਆ, ਆਹ ਸਾਰਾ ਕੁਝ ਕਹਿੰਦੇ ਕਿਸਮਤ ਲਿਖ ਕੇ ਭੇਜਦਾ ਡਿਊਟੀਆਂ ਲਾ ਕੇ, ਤਾਂ ਕੀ ਇਹੋ ਜਿਹੇ ਲੋਕਾਂ ਦੀ ਵੀ ਡਿਊਟੀ ਤੂੰ ਲਾ ਕੇ ਭੇਜਦਾ? ਫਿਰ ਇਸ ਤਰੀਕੇ ਨਾਲ ਤਾਂ ਕਈ ਵਾਰ ਲੱਗਦਾ ਰੱਬ ਹੈ ਹੀ ਨੀਗਾ, ਹਾਲਾਂਕਿ ਮੈਂ ਬਹੁਤ ਯਕੀਨ ਰੱਖਦਾ ਰੱਬ ਦੇ ਵਿੱਚ। ਜੇ ਮੈਂ ਆਹ ਗੱਲ ਵੀ ਕਰ ਰਿਹਾ, ਮੇਰੇ ਇੱਕ ਇੱਕ ਲਫ਼ਜ਼ ਵੀ ਮੂੰਹ 'ਚੋਂ ਆ ਰਿਹਾ ਉਹਦੀ ਕਿਰਪਾ ਨਾਲ, ਮੇਰੇ ਹੱਥ ਹਿਲਦੇ ਨੇ ਉਹਦੀ ਕਿਰਪਾ ਨਾਲ, ਨਹੀਂ ਤਾਂ ਮੇਰੀ ਕੀ ਔਕਾਤ ਆ, ਇੰਨਾ ਮੈਂ ਯਕੀਨ ਰੱਖਦਾ। ਪਰ ਇਹੋ ਜਿਹੀਆਂ ਗੱਲਾਂ ਸੁਣ ਕੇ ਰੱਬ 'ਤੇ ਬੇਯਕੀਨੀ ਜੀ ਹੋ ਜਾਂਦੀ ਆ। ਵਾਸਤੇ ਦੇਖਿਓ ਕੀ ਇਹਨੇ, ਇੰਨੇ ਬਹਾਨੇ ਦੇਖਿਓ ਕੀ ਬਣਾਏ ਕਿ ਬੱਚੇ ਨੂੰ ਮਾਰਿਆ ਕਿਉਂ, ਹਾਲਾਂਕਿ ਇਹ ਕਿਸੇ ਹੋਰ ਨਾਲ ਘਰ ਆਪਣਾ ਵਸਾਉਣਾ ਚਾਹੁੰਦੀ ਸੀ, ਜਿਹੜੀ ਹੁਣ ਸਟੋਰੀ ਆਏਗੀ ਗਾਂ, ਕਿਸੇ ਹੋਰ ਨਾਲ ਕਿਸੇ ਆਪਣੇ ਯਾਰ ਨਾਲ ਘਰ ਵਸਾਉਣਾ ਚਾਹੁੰਦੀ ਸੀਗੀ। ਘਰ ਵਾਲਾ ਇਹਦਾ ਆਪਣਾ ਘਰ ਵਾਲਾ 2.5-3 ਸਾਲ ਤੋਂ ਜੇਲ੍ਹ ਦੇ ਵਿੱਚ ਹੈ, ਕਿਸੇ ਹੋਰ ਨਾਲ ਦੁਬਈ ਵਿੱਚ ਅੱਟੀ ਸੱਟੀ ਲੱਗੀ ਹੋਈ ਆ, ਉਹਨੇ ਦੁਬਈ ਨੂੰ ਸੱਦਣਾ ਸੀ, ਇਹਨਾਂ ਦੋਨਾਂ ਨੇ ਆਪਣੇ ਰਸਤੇ ਦਾ ਰੋੜਾ ਕੱਢਿਆ ਆਪਣੇ ਬੱਚੇ ਨੂੰ। ਯਾਰ ਤੋਬਾ, ਮੈਂ ਕਿੰਨਾ ਸੋਹਣਾ ਬੱਚਾ ਯਾਰ, ਸਰਦਾਰ ਬੱਚਾ, 10 ਸਾਲ ਦਾ ਬੱਚਾ ਹੈ, ਕਿੱਦਾਂ ਤੁਸੀਂ ਮਾਰ ਲੈਂਦੇ ਹੋ, ਕਿਹੜੀ ਮਿੱਟੀ ਦੇ ਬਣੇ ਹੋਏ ਤੁਸੀਂ ਲੋਕ ਹੋ ਯਾਰ। ਆ ਸੁਣਦੇ ਆ ਗੱਲਬਾਤ ਇਸ ਲੇਡੀ ਦੀ, ਨਾਲ ਨਾਲ ਮੈਂ ਪੌਜ਼ ਕਰਕੇ ਤੁਹਾਡੇ ਨਾਲ ਥੋੜ੍ਹੀ ਆਪਣੀ ਫੀਡਬੈਕ ਵੀ ਦਿੰਦਾ ਰਹਾਂਗਾ। ਤੁਹਾਨੂੰ ਪਤਾ ਕਿ ਮੈਂ ਗੱਲ ਖੁੱਲ੍ਹ ਕੇ ਕਰਦਾ, ਜੋ ਮੈਨੂੰ ਮਹਿਸੂਸ ਹੁੰਦਾ ਮੈਂ ਨਾਲੋਂ ਨਾਲ ਗੱਲ ਕਰਦਾ ਹੁੰਦਾ, ਤਦੇ ਮੈਂ ਤੱਥਾਂ ਦੇ ਆਧਾਰ 'ਤੇ ਨਾਲ ਦਿਖਾ ਦਿਖਾ ਕੇ ਗੱਲ ਕਰਦਾ ਹੁੰਦਾ। ਔਰ ਇਸ ਵੀਡੀਓ ਤੋਂ ਬਾਅਦ ਮੈਂ ਉਹ ਪੁਲਿਸ ਵਾਲੇ ਦੀ ਵੀ ਤੁਹਾਨੂੰ ਦਿਖਾਵਾਂਗਾ ਕਿ ਉਹਨਾਂ ਨੇ ਕੀ ਕਿਵੇਂ ਇਨਕੁਆਇਰੀ ਕੀਤੀ ਸਾਰੀ। ਸੁਣੋ ਜ਼ਰਾ, ਤੁਸੀਂ ਹੈਰਾਨ ਹੋ ਜਾਓਗੇ। ਫੋਨ ਆਪਣੇ ਸਾਈਡ 'ਤੇ ਰੱਖ ਕੇ ਸੁਣਿਓ, ਫੋਨ ਦੇ ਨਾਲ ਕੁਛ ਕਰਿਓ ਨਾ, ਸੁਣਿਓ ਇੱਕ ਇੱਕ ਗੱਲ, ਤੁਸੀਂ ਹੈਰਾਨ ਹੋ ਜਾਏਗੀ ਕਿ ਇੱਦਾਂ ਦਾ ਵੀ ਜ਼ਮਾਨਾ ਆ ਸਕਦਾ। ਸੁਣੋ ਜ਼ਰਾ ਕੀ ਕਾਰਨ ਸੀਗਾ, ਬੋਲੋ ਜੀ ਕਾਰਨ ਕੀ ਸੀਗਾ, ਕਿਉਂ ਕੀਤਾ? ਸਾਰਾ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ, ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ 'ਚ ਸੀ, ਰੋਟੀ ਪਾਣੀ ਬੰਨੀ ਉਹ ਤਰਸਦੇ ਸੀ, ਐਂ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ, ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ, ਐਂ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ, ਲਾਈਟ ਹੈ ਨਹੀਂ ਸੀ, ਬੁਖਾਰ ਹੋ ਗਿਆ ਸੀ, ਮੈਨੂੰ ਐਂ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹ ਕਿਤੇ ਕੰਮ ਕਿਤੇ ਲੱਗ ਜੂੰਗੀ। ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ 'ਚ ਕਰਿਆ ਸਭ ਕੁਛ, ਜੇ ਇਹ ਮੁੱਕ ਜਾਊਗਾ ਤੇ ਮੈਂ ਤਾਂ ਕਿਤੇ ਗਾਹ ਕੰਮ ਲੱਗ ਜਾਊਂਗੀ। ਦੁਰ ਲਾਂਤ ਇਹੋ ਜਿਹੀ ਮਾਂ ਦੇ ਯਾਰ, ਸੋਰੀ ਮੈਂ ਆਲ ਮੈਂ ਨਾ ਐਕਚੁਅਲੀ ਇਮੋਸ਼ਨਲ ਜਿਹਾ ਹੋ ਗਿਆ, ਹੋਰ ਤਰ੍ਹਾਂ ਮੈਨੂੰ ਆਪਣੇ ਦੁੱਖ ਲੱਗਦਾ ਹੁੰਦਾ ਇਹੋ ਜਿਹਾ ਦੁੱਖ ਵੀ, ਇਹੋ ਜਿਹੇ ਕਲਯੁਗੀ ਮਾਂ, ਕਲਯੁਗੀ ਵੀ ਮੈਂ ਜਿਵੇਂ ਪਹਿਲਾਂ ਕਹੀ, ਕਲਯੁਗ ਕਹਿਣਾ ਕੋਈ ਏਡੀ ਵੱਡੀ ਗੱਲ ਨਹੀਂ, ਅੱਜ ਕੱਲ੍ਹ ਪਤਾ ਨਹੀਂ ਕਿੰਨੀ ਕੁ ਦਿਹਾੜੀ ਵਿੱਚ ਕਲਯੁਗ ਕੰਮ ਕਲਯੁਗੀ ਕੰਮ ਹੁੰਦੇ ਨੇ। ਸੋਰੀ ਮੇਰੀ ਸਿਹਤ ਥੋੜੀ ਖਰਾਬ ਸੀ, ਇਹੋ ਜਿਹਾ ਕੁਛ ਨਹੀਂ ਆ, ਦੁਬਈ ਤਾਂ ਮੈਂ ਬਾਅਦ ਚੋਂ ਕਿਹਾ ਸੀ ਵੀ ਮੈਂ ਜਾਣਾ। ਜੋ ਕਤਲ ਕੀਤਾ ਪਛਤਾਵਾ ਹੋ ਰਿਹਾ ਹੁਣ ਬਹੁਤ ਜ਼ਿਆਦਾ,
ਕਿਵੇਂ ਕੀਤਾ ਕੀ ਕਿਵੇਂ ਦਿੱਤਾ ਸੁਣਿਓ ਕੀ ਮਾਰਿਆ ਕਿੱਦਾਂ ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਇਹਨੂੰ ਜੇ ਤਲਵੰਡੀ ਮਾਰ ਤੁਸੀਂ ਮਾਨਸਾ ਕਹਿੰਦੇ ਹੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸੀ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਟੋਆ ਪੱਟ ਕੇ ਦੱਬਤਾ ਸੀ ਇਹ ਮਾਰਿਆ ਕਿਵੇਂ ਗਲਾ ਘੋਟਿਆ ਜਾਂ ਕੋਈ ਜਰੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੇਨ ਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾ ਤੋਬਾ ਮਾਲਕਾ ਸੱਚੇ ਪਾਤਸ਼ਾਹ ਪਰ ਨਹੀਂ ਕੱਢ ਸਕਦਾ ਨਹੀਂ ਕੱਢ ਸਕਦਾ ਇਸ ਮਾਈਕ ਤੇ ਗਾਲਾਂ ਮਤਲਬ ਤੁਸੀਂ ਆਪਣੀ ਆਸ਼ਕੀ ਵਾਸਤੇ ਆਪਣੀ ਫਿਜ਼ੀਕਲ ਰਿਲੇਸ਼ਨ ਵਾਸਤੇ ਖੇ ਖਾਣ ਵਾਸਤੇ ਆਪਣੇ ਬੱਚੇ ਨੂੰ ਮਾਰ ਦਿਓਗੇ ਰੱਬਾ ਕਿਉਂ ਦਿੰਦਾ ਇਹੋ ਜਿਹੇ ਲੋਕਾਂ ਨੂੰ ਬੱਚੇ ਕਾਹਤੋਂ ਦਿੰਦਾ ਤੂੰ ਉਸ ਬੱਚੇ ਨੂੰ ਤੂੰ ਕਿਉਂ ਮਾਰਿਆ ਤੂੰ ਖੁਦ ਮਰ ਜਾਂਦੀ ਉਹ ਬੱਚਾ ਤਾਂ ਵਿਚਾਰਾ ਵੱਡਾ ਹੋ ਕੇ ਪਤਾ ਨੀ ਕੀ ਬਣਨਾ ਸੀ ਉਹਨੇ ਤੂੰ ਮਰਦੀ ਨਾ ਪਰ ਨਹੀਂ ਤੈਨੂੰ ਤੂੰ ਅਜਾਸ਼ੀ ਕਰਨੀ ਸੀ ਤੂੰ ਆਪਣੇ ਖਸਮ ਨਾਲ ਜਾ ਕੇ ਨਵੇਂ ਖਸਮ ਨਾਲ ਜਾ ਕੇ ਦੁਬਈ ਦੇ ਵਿੱਚ ਅਜਾਸ਼ੀ ਕਰਨੀ ਜਿਹੜੀ ਤੁਹਾਨੂੰ ਅੱਗ ਲੱਗੀ ਆ ਨਾ ਅੱਜ ਕੱਲ੍ਹ ਜਨਾਨੀਆਂ ਨੂੰ ਉਹ ਅੱਗ ਬੁਝਾਉਣੀ ਸੀ ਤੂੰ ਜਾ ਕੇ ਆਪਣੇ ਬੱਚੇ ਦਾ ਤੂੰ ਬਲੀ ਦੇ ਦਿੱਤੀ ਹੈ ਇਸ ਅੱਗ ਬੁਝਾਉਣ ਵਾਸਤੇ ਹਰਾਮ ਜਾ ਦਿਓ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਨਹੀਂ ਮੇਰੇ ਪੇਕੇ ਪਰਿਵਾਰ ਨੂੰ ਨਹੀਂ ਸੀ ਪਤਾ ਜਿਹੜਾ ਇਹ ਬੱਚਾ ਹੈ ਇਹ ਵੀ ਪੇਕੇ ਪਰਿਵਾਰ ਨੂੰ ਨਹੀਂ ਪਤਾ ਕਿ ਵਿਆਹ ਹੋਇਆ ਜਾਂ ਬੱਚਾ ਹੋਇਆ ਕਿ ਨਹੀਂ ਦੇਖੋ ਯਾਰ ਅੱਜ ਕੱਲ੍ਹ ਕੀ ਹੋ ਰਿਹਾ ਦੁਨੀਆਂ 'ਤੇ ਮੈਂ ਤਾਂ ਹੈਰਾਨ ਹੀ ਹੋ ਜਾਂਦਾ ਦੇਖ ਦੇਖ ਕੇ ਯਾਰ ਪਤਾ ਨਹੀਂ ਮੇਰਾ ਦਿਮਾਗ ਖਰਾਬ ਆ ਕਿ ਮੈਂ ਇਹਨਾਂ ਨੂੰ ਦੇਖ ਦੇਖ ਕੇ ਹੈਰਾਨ ਹੁੰਦਾ ਰਹਿੰਦਾ ਜਾਂ ਗਾਂਹ ਤੋਂ ਗਾਂਹ ਕੀ ਹੋਏਗਾ ਅਸੀਂ ਮੈਂ ਦੱਸਿਆ ਕਿ ਮੈਂ ਤਾਂ ਬਹੁਤ ਨੇੜੇ ਤੋਂ ਰਿਸ਼ਤੇ ਦੇਖੇ ਹੋਏ ਨੇ ਲੋਕਾਂ ਦੇ ਬੱਚੇ ਦੀ ਲਾਸ਼ ਲੈ ਕੇ ਬੈਠੀ ਬੱਸ ਦੇ ਵਿੱਚ ਯਾਰ ਕਿਹੜੇ ਜਿਗਰੇ ਨਾਲ ਤੂੰ ਸਫ਼ਰ ਕਰ ਰਹੀ ਆ ਤਲਵੰਡੀ ਤੋਂ ਮਾਨਸਾ ਤੱਕ ਤੈਨੂੰ ਕਿਵੇਂ ਪਰ ਸਫ਼ਰ ਇਹਨੂੰ ਕਿ ਜਿਹਨੇ ਮਾਰ ਦਿੱਤਾ ਇਹਨੂੰ ਕਿ ਅਸੀਂ ਤਾਂ ਥੋੜ੍ਹਾ ਮਤਲਬ ਇਹਦੇ ਭਾਅ ਦੇ ਉੱਤੇ ਬਸ ਮਿੱਟੀ ਪਈ ਆ ਕੋਈ ਦੁੱਖ ਹੀ ਨੀਗਾ ਸਾਲਾ ਕਿਉਂ ਕੀਤਾ ਆਪਦੇ ਬੱਚੇ ਦਾ ਕਤਲ ਇਹ ਜੀ ਵੀਡੀਓ ਰਿਪੀਟ ਹੋਣ ਲੱਗ ਪਈ ਸੀ ਜਿਹਨਾਂ ਨੇ ਬਣਾਈ ਉਹਨਾਂ ਨੇ ਰਿਪੀਟ ਤੇ ਪਈ ਤੁਹਾਨੂੰ ਹੁਣ ਸੁਣਾਉਣਾ ਥੋੜ੍ਹੀ ਜਿਹੀ ਗੱਲਬਾਤ ਸੁਣਾਉਣਾ ਉਹ ਪੁਲਿਸ ਵਾਲੇ ਦੀ ਜਿਹੜੇ ਆ ਸੁਣੋ ਪੁਲਿਸ ਵਾਲੇ ਵੀ ਕਿੱਦਾਂ ਉਹਨੂੰ ਪਤਾ ਲੱਗਿਆ ਕੀ ਕੀਤਾ ਉਹਨਾਂ ਨੇ ਵੀ ਇਸ ਗੱਲ ਨੂੰ ਦੱਸਿਆ ਕਿ ਇਹਦਾ ਕਿਸੇ ਨਾਲ ਸੀਗੀ ਸੈਟਿੰਗ ਇਹ ਰਾਹ ਚੋਂ ਅਰੋੜਾ ਕੱਢਣੀ ਚਾਹੁੰਦੀ ਸੀਗੀ ਆਪਣੇ ਇਸ ਬੱਚੇ ਨੂੰ ਸੁਣੋ ਜਰਾ ਜੋ 1 ਤਰੀਕ ਨੂੰ ਸਾਨੂੰ ਖਬਰ ਮਿਲੀ ਸੀਗੀ ਜਿਹੜੀ ਬੱਸ ਸਟੈਂਡ ਦੇ ਉੱਤੇ ਬੱਚੇ ਦੀ ਡੈਡ ਬੋਡੀ ਮਿਲੀ ਉਸ ਤੋਂ ਬਾਅਦ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਆਪਣਾ ਥਾਣਾ ਸਿਟੀ 2 ਪੁਲਿਸ ਦੇ SHO ਸਾਹਿਬ ਨੇ ਅੰਡਰ ਦਾ ਸੁਪਰਵਾਈਜ਼ਰ ਆਫ DSP ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹਦੀ ਜਿਹੜੀ ਆ ਡੈਡ ਬੋਡੀ ਹਸਪਤਾਲ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲ ਨੇ
ਔਰ ਇਸ਼ਤਿਹਾਰ ਸ਼ੁਰੂ ਹੋਗਾ ਜਿਹੜਾ ਅਖਬਾਰਾਂ ਦੇ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ, ਉਹਦੇ ਤਹਿਤ ਅੱਜ ਇਹਦੀ ਜਿਹੜੀ ਭੂਆ ਹੈ ਲੜਕੇ ਦੀ ਮ੍ਰਿਤਕ ਦੀ, ਉਹਨੇ ਇਹਦੀ ਸੋਸ਼ਲ ਮੀਡੀਆ ਤੇ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਹਿਚਾਣ ਕਰ ਲਈ। ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਤਫਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਬੱਚੇ ਦਾ, ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾਂ ਨੂੰ ਲਾਸ਼ ਦਿੱਤੀ ਜਾਏਗੀ, ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ ਫਿਰ ਕੜੀਆਂ ਜੋੜਨਗੀਆਂ ਪੂਰੀਆਂ। ਬੱਚੇ ਦੀ ਮਾਂ ਦਾ ਨਾਂ ਵੀਰਪਾਲ ਕੌਰ ਹੈ ਜੀ, ਪਤਨੀ ਹਰਦੀਪ ਸਿੰਘ। ਚਲੋ ਇਹ ਸੀਗੀਆਂ ਗੱਲਾਂ ਇਹਨਾਂ ਦੀਆਂ ਅਤੇ ਕਾਫੀ ਲੰਬੀ ਵੀਡੀਓ ਮੈਂ ਕਿ ਤੁਹਾਨੂੰ ਪਤਾ ਲੱਗ ਗਿਆ ਬੇਸ ਕੀ ਹੈ। ਸੋ ਗੱਲ ਇਹ ਹੈ ਕਿ ਇਹੋ ਜਿਹੇ, ਬਸ ਅਗੇਨ ਮੈਂ ਇਹ ਕਹਾਂਗਾ ਕਿ ਇਹੋ ਜਿਹੇ ਲੋਕਾਂ ਨੂੰ ਰੱਬ ਕਿਉਂ ਬੱਚੇ ਦਿੰਦਾ, ਕਿਉਂ ਇਹੋ ਜਿਹੀਆਂ ਕਲਯੁਗੀ ਮਾਵਾਂ ਨੂੰ, ਇਹੋ ਜਿਹੀਆਂ ਜਿਹੜੀਆਂ ਬੇਗੈਰਤ ਮਾਵਾਂ ਨੂੰ ਬੱਚੇ ਰੱਬ ਕਿਉਂ ਦਿੰਦਾ, ਜਿਹਦੇ ਕੋਲ ਨਹੀਂ ਇਹੀ ਬੱਚਾ ਕਿਸੇ ਹੋਰ ਦੇ ਘਰ ਜਮਾ ਦਿੰਦਾ ਰੱਬ ਆ, ਜਿਹਨੂੰ ਲੋੜ ਆ, ਜਿਹਨੂੰ ਕਦਰ ਆ, ਬੱਚਾ ਕੀ ਹੁੰਦਾ ਉਹਦੇ ਘਰ ਜਮਾ ਜਾਂਦਾ। ਜਿਹਨਾਂ ਦੇ ਗਏ ਨੇ ਬੱਚੇ, ਜਿਹਨਾਂ ਦੇ ਇੱਕ ਇੱਕ ਬੱਚਾ ਹੈ, ਇੱਕੋ ਇੱਕ ਬੱਚਾ ਜਿਹਨਾਂ ਦਾ ਗਿਆ, ਉਹਨਾਂ ਨੂੰ ਪੁੱਛ ਕੇ ਦੇਖੋ ਹਾਲਾਤ, ਅਤੇ ਤੁਸੀਂ ਆਪਣੇ ਹੱਥੀ ਮਾਰ ਰਹੇ ਹੋ। ਮੈਂ ਬਹੁਤ, ਮੈਨੂੰ ਦੁੱਖ ਹੋਇਆ, ਮੈਂ ਤਦ ਹੀ ਸਾਰਾ ਕੁਛ ਵੀਡੀਓ ਸੈੱਟ ਸੁੱਟ ਕਰਕੇ ਤੁਹਾਨੂੰ ਮੈਂ ਇੱਥੋਂ ਗੱਲ ਐਕਚੁਅਲੀ ਕਰਨੀ ਸੀ, ਉਹ ਜਿਹੜੀ ਕੁੜੀ ਡਾਂਸਰ ਉਹਦੀ ਗੱਲ ਕਰਨੀ ਸੀਗੀ, ਅੱਜ ਫਿਰ ਬੜਾ ਕੁਛ ਸਾਹਮਣੇ ਆਇਆ ਸੀ। ਫਿਰ ਮੈਂ ਸੋਚਿਆ ਯਾਰ ਛੱਡੋ ਪਰਾਂ, ਹੋਰ ਬੜੀਆਂ ਗੱਲਾਂ ਕਰਨ ਵਾਲੀਆਂ ਨੇ ਕੁੜੀ ਨੂੰ, ਉਹ ਤਾਂ ਪਤਾ ਨਹੀਂ ਕੀ ਚੱਲ ਰਿਹਾ, ਹਰ ਬੰਦਾ ਉਸੇ ਉਹਦੇ ਦੁਆਲੇ ਹੋਇਆ। ਫਿਰ ਮੈਂ ਜਿਹੜੀ ਮੈਂ ਵੀਡੀਓ ਬਣਾਈ, ਤੁਸੀਂ ਬਹੁਤ ਦੇਖੀ ਵੀਡੀਓ, ਔਰ ਤੁਸੀਂ ਹਰ ਗੱਲ ਨਾਲ ਮੇਰੇ ਨਾਲ, ਕਿਉਂਕਿ ਉਹਦੇ ਵਿੱਚ ਵੀ ਮੈਂ ਆਪਣੇ ਵਿਊ ਪ੍ਰੋਪਰ ਰੱਖੇ ਹੋਏ ਨੇ, ਜੋ ਮੈਨੂੰ ਮਹਿਸੂਸ ਹੁੰਦਾ ਔਰ ਜੋ ਮੈਂ ਆਲੇ ਦੁਆਲੇ ਸਾਰਾ ਇਕੱਠਾ ਕਰਕੇ ਤੁਹਾਨੂੰ ਨਾਲ ਨਾਲ ਦਿਖਾਉਂਦਾ ਵੀ ਰਹਿੰਦਾ ਹੁੰਦਾ, ਤੱਥਾਂ ਦੇ ਆਧਾਰ 'ਤੇ ਮੈਂ ਗੱਲ ਕਰਦਾ ਹੁੰਦਾ ਜਿਵੇਂ ਅੱਜ ਕੀਤੀ ਹੈ। ਅਤੇ ਮੈਂ ਖਬਰ ਵਾਂਗੂ ਖਬਰ ਨਹੀਂ ਕਦੇ ਵੀ ਲਾਉਂਦਾ ਹੁੰਦਾ। ਮੈਂ ਕਈ ਵਾਰੀ ਅਸੀਂ ਮੈਂ ਤੁਸੀਂ ਦੇਖਦੇ ਹੋਵੋਗੇ ਕਿ ਤਕਰੀਬਨ ਸਾਰੀਆਂ ਖਬਰਾਂ ਜਿੰਨੀਆਂ ਵੀ ਮੈਂ ਤੁਹਾਡੇ ਕੋਲ ਗੱਲ ਸਾਂਝੀ ਕਰਦਾ ਤੱਥਾਂ ਦੇ ਆਧਾਰ 'ਤੇ ਕਰਦਾ ਹੁੰਦਾ। ਇਹੀ ਕਾਰਨ ਹੈ ਕਿ ਤੁਸੀਂ ਮੇਰੇ ਸੱਚ ਨਾਲ ਅਤੇ ਮੇਰੇ ਜਿਹੜੇ ਗੜਸ ਹੁੰਦੇ ਨੇ ਉਹਦੇ ਨਾਲ ਖੜ੍ਹਦੇ ਹੋ। ਨੰਬਰ ਮੇਰਾ ਹਮੇਸ਼ਾ ਸਕਰੀਨ 'ਤੇ ਹੁੰਦਾ ਅਤੇ ਤੁਸੀਂ ਨੰਬਰ, ਮੈਂ ਤੁਹਾਨੂੰ ਅੱਜ ਦੀ ਸਕਰੀਨ 'ਤੇ ਹੀ, ਮੈਂ ਸ਼ਾਇਦ ਮੈਂ ਜਦੋਂ ਇਹਨੂੰ ਕਰਨਾ ਐਡਿਟ ਕਰਨਾ ਵੀਡੀਓ, ਨੰਬਰ ਮੈਂ ਲਾ ਦਾਂਗਾ, ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ। ਇਸ ਵੀਡੀਓ 'ਤੇ ਜਿਹੜਾ ਹੁੰਦਾ ਲੀਕ ਹੁੰਦਾ ਉਹਦੇ ਵਿੱਚ ਵੀ ਨੰਬਰ ਹੁੰਦਾ, ਤੁਸੀਂ ਕਾਲ ਵੀ ਕਰਦੇ ਹੋ, ਮੈਸੇਜ ਵੀ ਕਰਦੇ ਹੋ ਅਤੇ ਗੱਲ ਖੁੱਲ੍ਹ ਕੇ ਤੁਸੀਂ ਵੀ ਕਰਿਆ ਕਰੋ, ਕੋਈ ਗੱਲ ਨਹੀਂ। ਬਸ ਇੰਨਾ ਕੁ ਯਾਦ ਰੱਖਿਆ ਕਰੋ ਕਿ ਭਾਰਤ ਪਾਕਿਸਤਾਨ ਤੋਂ ਜਦੋਂ ਕਾਲ ਕਰਨੀ, ਇਹ ਯਾਦ ਰੱਖਿਆ ਕਰੋ ਜੇ ਉੱਥੇ ਦਿਨ ਆ ਸਾਡੇ ਰਾਤ ਹੋਏਗਾ, ਜੇ ਉੱਥੇ ਰਾਤ ਆ ਸਾਡੇ ਦਿਨ ਹੋਏਗਾ, ਇੰਨਾ ਜ਼ਰੂਰ ਚੇਤਾ ਰੱਖਿਓ। ਅਤੇ ਬਸ ਕੀ ਕਹਾਂ ਹੁਣ ਮੈਂ ਹੋਰ, ਇਸ ਬੱਚੇ ਨੂੰ ਬਸ ਮਾਲਕ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਦੇਵੇ। ਅਤੇ ਹੋਰ ਹੀ ਕੁਛ ਹੋਈ ਜਾ ਰਿਹਾ ਸਾਡੇ ਆਲੇ ਦੁਆਲੇ, ਕਿਸ ਦਿਨ ਖੁੱਲ੍ਹ ਕੇ ਗੱਲ ਫਿਰ ਕਰਾਂਗੇ, ਹੋਰ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ। ਅਤੇ ਮੈਂ ਕੱਲ੍ਹ ਨੂੰ ਸ਼ਾਇਦ ਕਿਸੇ ਹੋਰ ਇੱਕ ਟੋਪਿਕ 'ਤੇ, ਉਹ ਮੇਰੇ ਦਿਲ ਦੇ ਵਿੱਚ ਹੈਗੀਆਂ ਨੇ ਗੱਲਾਂ, ਉਹ ਕਰਾਂਗੇ। ਇਲੈਕਸ਼ਨ ਵੀ ਆ ਰਹੇ ਨੇ, ਸਾਰਾ ਕੁਛ ਝੂਠ ਮੂਠ ਤੁਹਾਡੇ ਆਲੇ ਦੁਆਲੇ ਫਿਰ ਰਿਹਾ, ਇਲੈਕਸ਼ਨਾਂ ਬਾਰੇ ਵੀ ਅੱਜ ਕੱਲ੍ਹ ਖੁੱਲ੍ਹ ਕੇ ਕਵਰੇਜ ਕਰਿਆ ਕਰਾਂਗੇ, ਖੁੱਲ੍ਹ ਕੇ, ਤੋਂ ਭਾਵ ਤੁਹਾਨੂੰ ਪੜ੍ਹਦਾ ਹੀ ਹੈ ਕਾਹਤੋਂ ਮੈਂ ਕਿਹਨਾਂ ਨੂੰ ਖੁੱਲ੍ਹ ਕੇ, ਸੋ ਖੁੱਲ੍ਹ ਕੇ ਗੱਲਬਾਤ ਕਰਾਂਗੇ। ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।